ਕੋਠੀਮ ਕੰਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵਾਲ ਤੇ ਸਟਾਰ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਲਓ ਜੀ ਅੱਜ ਇੱਕ ਹੋਰ ਬਹੁਤ ਸੋਹਣੀ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚ ਚੁੱਕੇ ਹਾਂ ਜੀ ਕੋਠੀ ਬਹੁਤ ਸ਼ਾਨਦਾਰ ਬਣੀ ਹੋਈ ਹੈ ਸਾਰੀ ਵੀਡੀਓ ਦੀ ਆਪਾਂ ਗੱਲਬਾਤ ਕਰਾਂਗੇ ਸਾਰਾ ਕੁਝ ਦਿਖਾਵਾਂਗੇ ਤੇ ਜਿਹੜੇ ਓਨਰ ਨੇ ਤੇ ਉਹਨਾਂ ਦੇ ਰਿਲੇਟਿਵ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਰੀ ਕੋਠੀਵਾਰੀ ਉਹ ਆਪ ਦੱਸਣਗੇ ਜੀ ਤੇ ਇੱਕ ਫੋਨ ਆ ਗਿਆ ਜੀ ਆਪਾਂ ਥੋੜਾ ਚੱਕ ਲਈਏ ਗੱਲਬਾਤ ਕਰ ਲਈਏ ਜੀ ਹੈਲੋ ਹਾਂਜੀ ਦੱਸੋ ਤੁਸੀਂ ਹੋਮ ਸੇਲ ਮਾਰਕੀਟ ਚੈਨਲ ਤੋਂ ਗੱਲ ਕਰ ਰਹੇ ਹੋ ਜਿਹੜੇ ਕੋਠੀਆਂ ਦੀ ਮਕਾਨਾਂ ਦੀ ਐਡ ਕਰਦੇ ਆ ਹਾਂਜੀ ਉਹੀ ਗੱਲ ਕਰ ਰਹੇ ਆ ਦੱਸੋ ਜੀ ਕੀ ਸੇਵਾ ਕਰ ਸਕਦੇ ਆ ਮੇਰੇ ਕੋਲੇ ਵੀ ਇੱਕ ਕੋਠੀ ਹੈ ਤੇ ਮੈਂ ਉਹਨੂੰ ਵੇਚਣਾ ਚਾਹੁੰਨਾ ਹਾਂਜੀ ਹਾਂਜੀ ਜ਼ਰੂਰ ਜੀ ਵਿਕਵਾ ਦਾਂਗੇ ਤੁਹਾਡੀ ਕੋਠੀ ਤੁਸੀਂ ਕੀ ਕਰਨਾ ਤੁਹਾਡੀ ਕੋਠੀ ਦੀ ਵਧੀਆ ਵੀਡੀਓ ਬਣਾ ਕੇ ਮੈਨੂੰ ਫੋਨ ਨੂੰ ਟੇਡਾ ਕਰਕੇ ਇਹ ਸਾਰੀ ਜਾਣਕਾਰੀ ਤੇ 10-12 ਫੋਟੋਆਂ ਭੇਜ ਦੋ ਆਪਣੇ WhatsApp ਨੰਬਰ ਤੇ ਜੀ WhatsApp ਨੰਬਰ ਤੁਹਾਨੂੰ ਪਤਾ ਹੀ ਹੋਊਗਾ 77800 ਪੂਰਾ 26173 ਕੋਠੀ ਦੀ ਵੀਡੀਓ ਤਾਂ ਮੈਂ ਭੇਜ ਦੂੰਗਾ ਬਣਾ ਕੇ ਤੁਸੀਂ ਜਿਹੜੀ ਐਡ ਕਰੋਗੀ ਆਪਦੇ ਚੈਨਲ ਤੇ ਉਹਦੇ ਪੈਸੇ ਪੂਸੇ ਤਾਂ ਨਹੀਂ ਲੈਂਦੇ ਨਹੀਂ ਨਹੀਂ ਜੀ ਆਪਣਾ ਕੋਈ ਮਤਲਬ ਕੀ ਖਰਚਾ ਨਹੀਂ ਹੁੰਦਾ ਜੀ ਨਾ ਤਾਂ ਐਡ ਕਰਾਈਦਾ ਨਾ ਪਹਿਲਾਂ ਨਾ ਵੇਕਣ ਤੋਂ ਬਾਅਦ ਜਮ੍ਹਾਂ ਫੜੀ ਚ ਆਪਾਂ ਸਾਰਾ ਕੰਮ ਕਰਦੇ ਹਾਂ ਚਲੋ ਠੀਕ ਹੈ ਫਿਰ ਮੈਂ ਭੇਜਦਾ ਤੁਹਾਨੂੰ ਵਧੀਆ ਵੀਡੀਓ ਬਣਾ ਕੇ ਤੇ ਵੀਡੀਓ ਮੈਂ ਫੋਨ ਨੂੰ ਟੇਡਾ ਕਰਕੇ ਬਣਾਉਂਗਾ ਠੀਕ ਆ ਹਾਂਜੀ ਹਾਂਜੀ ਭੇਜੋ ਜੀ ਜਲਦੀ ਜਲਦੀ ਐਡ ਕਰ ਦਾਂਗੇ ਕੋਠੀ ਵੀ ਜਲਦੀ ਸੇਲ ਹੋ ਜੂਗੀ ਇੱਕ ਫੋਨ ਆ ਗਿਆ ਸੀਗਾ ਚੱਕਣਾ ਜ਼ਰੂਰੀ ਸੀਗਾ ਕਿਸੇ ਨੇ ਐਡ ਭੇਜਣੀ ਸੀ ਕੋਠੀ ਦੀ ਤਾਂ ਕਰਕੇ ਜੀ ਬਾਕੀ ਤੁਸੀਂ ਵੀ ਐਡ ਕਰਾਉਣੀ ਆ ਤਾਂ ਆਪਣਾ ਵਟਸਐਪ ਨੰਬਰ ਉੱਪਰ ਚੱਲਦਾ ਰਹਿੰਦਾ ਜੀ yellow color 'ਚ ਉਸ ਵਟਸਐਪ ਨੰਬਰ ਤੇ ਵੀਡੀਓ ਭੇਜ ਦਿਓ ਜਾਣਕਾਰੀ ਭੇਜ ਦਿਓ ਜਲਦੀ ਐਡ ਤੁਹਾਡੇ ਲੱਗ ਜੂਗੀ ਬਾਕੀ ਕੋਠੀ ਤੁਸੀਂ ਅੰਦਰੋਂ ਦੇਖ ਰਹੇ ਹੋ ਹੁਣ ਲੈ ਕੇ ਪਹੁੰਚ ਗਏ ਤੁਹਾਨੂੰ ਇਧਰਲੀ ਸਾਈਡ ਪੌੜੀਆਂ ਬਾਥਰੂਮ ਤੇ ਉਧਰਲੇ ਸਾਈਡ ਪਿਛਲੇ ਪਾਸੇ ਇੱਕ ਕਾਰ ਪਾਰਕਿੰਗ ਲਈ ਜਗ੍ਹਾ ਸਿਗੀ ਆ ਰਾਮ ਨਾਲ ਤਿੰਨ ਤੋਂ ਚਾਰ ਗੱਡੀਆਂ پارک ਹੋ ਜਾਣਗੀਆਂ ਆ ਆਪਣਾ ਮੇਨ ਐਂਟਰਸ ਆ ਗਿਆ ਜੀ ਇੱਥੇ ਵਿੰਡੋ ਵਗੈਰਾ ਬਣੀ ਹੋਈ ਐ ਕਲਰ ਸਾਰੀ ਕੀਤੀ ਹੋਈ ਐ ਜੀ ਆਪਣਾ ਮੇਨ ਐਂਟਰਸ ਆ ਗਿਆ ਅੰਦਰ ਤੁਹਾਨੂੰ ਲੈ ਕੇ ਚੱਲਦਾ ਹਾਂ ਤੁਸੀਂ ਦੇਖੋ ਜੀ ਬਾਕੀ ਕੋਠੀ ਦੀ ਸਾਰੀ ਆਪਾਂ ਗੱਲਬਾਤ ਕਰਾਂਗੇ ਕੱਲੀ-ਕੱਲੀ ਮਾਲਕਾ ਤੋਂ ਪੁੱਛਾਂਗੇ ਜੀ ਮਤਲਬ ਓਨਰ ਦੇ ਜਿਹੜੇ ਰਿਲੇਟਿਵ ਨੇ ਉਹਨਾਂ ਤੋਂ ਪੁੱਛਾਂਗੇ ਸਾਰਾ ਕੁਝ ਉਹ ਵੀ ਸਾਰਾ ਕੁਝ ਦੱਸਣਗੇ ਤੁਸੀਂ ਦੇਖ ਰਹੇ ਹੋ ਜੀ ਸੋਫੇ ਪਾਇਆ ਡਾਈਨਿੰਗ ਏਰੀਆ ਆ ਗਿਆ ਸਾਰਾ ਕੁਝ ਪੂਰਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਮੇਨਟੇਨ ਕੀਤਾ ਹੋਇਆ ਉੱਪਰੋਂ ਦੇਖ ਲਓ ਤੁਸੀਂ ਡਾਊਨ ਸਿਲਿੰਗ ਕਰਵਾਈ ਹੋਈ ਹੈ ਬਾਲ ਪੇਪਰ ਸਾਰੇ ਲੱਗੇ ਹੋਏ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਬਾਕੀ ਕਰਦੇ ਆਪਾਂ ਇਹਨਾਂ ਨਾਲ ਗੱਲਬਾਤ ਤੇ ਕੋਠੀ ਬਾਰੇ ਸਾਰਾ ਕੁਝ ਪੁੱਛਦੇ ਆਂ ਜੀ ਤੇ ਤੁਸੀਂ ਸੁਣੋ ਸਾਰਾ ਕੁਝ ਹੁਣ ਠੀਕ ਹੈ ਜੀ ਤੇ ਉਸ ਦੇ ਲੈਫਟ ਸਾਈਡ ਜਦੋਂ ਆਪਾਂ ਐਂਟਰ ਕਰਦੇ ਆ ਤਾਂ ਤੁਹਾਨੂੰ ਇੱਕ ਕਿਚਨ ਮਿਲ ਜਾਵੇਗਾ ਜਿਸ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਸ ਦੀ ਸਪੇਸ ਜਿਹੜੀ ਆ 10x10 ਦੀ ਰਹਿਣ ਵਾਲੀ ਹੈ ਠੀਕ ਹੈ ਜੀ ਜਿਹੜਾ ਹੈਗੀ ਐ ਐਲਸੇ ਤੁਹਾਨੂੰ ਇੱਥੇ ਸੈਲਫ ਮਿਲੇਗੀ ਜਿਸ ਤੇ ਗ੍ਰੇਨਾਈਟ ਪੱਥਰ ਲੱਗਿਆ ਮਿਲੇਗਾ ਕਿਚਨ ਦਾ ਸਮਾਨ ਕੈਰੀ ਕਰਨ ਦੇ ਲਈ ਤੁਹਾਨੂੰ ਕਪ ਬੋਰਡ ਜਿਹੜੇ ਬਣੇ ਮਿਲਣਗੇ ਤੇ ਉਹ ਵੀ ਇਹਨਾਂ ਨੇ ਸਾਰਾ ਜੀ ਇਹ ਸਾਰਾ ਪ੍ਰੋਪਰ ਤਰੀਕੇ ਨਾਲ ਤਿਆਰ ਕੀਤਾ ਹੋਇਆ ਤੇ ਵਧੀਆ ਜਿਹੜਾ ਪ੍ਰੀਮੀਅਮ ਕੁਆਲਿਟੀ ਦਾ ਇਹਦੇ ਵਿੱਚ ਸਮਾਨ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਸ ਕੋਠੀ ਦੇ ਵਿੱਚ نیچے ਤੁਹਾਨੂੰ ਦੋ ਰੂਮ ਮਿਲਣਗੇ ਠੀਕ ਹੈ ਜੀ ਦੋ ਬੈੱਡਰੂਮ ਹੈ ਏ. ਜੀ ਵੀ ਮਾਸਟਰ ਰੂਮ ਤੇ ਇਸ ਦੀ ਸਪੇਸ ਜਿਹੜੀ ਹੈਗੀ ਆ 14x12 ਦੀ ਹੈ ਦੇਖ ਸਕਦੇ ਹੋ ਕੰਦਾ ਤੇ ਜਿਹੜਾ ਵਾਲਪੇਪਰ ਲੱਗਿਆ ਮਿਲੇਗਾ ਠੀਕ ਹੈ ਜੀ ਕੰਦਾ ਤੇ ਤੁਹਾਨੂੰ ਵਾਲਪੇਪਰ ਜਿਹੜਾ ਲੱਗਿਆ ਮਿਲੇਗਾ ਉੱਪਰ ਵੀ ਜਿਹੜੀ ਵਾਲਪੇਪਰ ਦੀ ਜਿਹੜੀ ਡਿਜ਼ਾਈਨਿੰਗ ਆ ਤੁਸੀਂ ਦੇਖ ਸਕਦੇ ਹੋ ਖੁੱਲੇ ਡੁੱਲੇ ਰੂਮ ਨੇ ਪ੍ਰੋਪਰ ਵੈਂਟੀਲੇਸ਼ਨ ਰੂਮ ਨੇ ਠੀਕ ਹੈ ਜੀ ਬੈਕ ਸਾਈਡ ਤੁਹਾਨੂੰ ਵਿੰਡੋ ਮਿਲੇਗੀ ਤੇ ਵੈਂਟੀਲੇਸ਼ਨ ਏਰੀਆ ਵੀ ਮਿਲੇਗਾ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਉਹ ਹੋ ਗਿਆ ਇਹ ਹੋ ਗਿਆ ਜੀ ਫਸਟ ਰੂਮ ਠੀਕ ਹੈ ਜੀ ਐਸ ਦੇ ਵਿੱਚ ਦੀ ਹੀ ਐਂਟਰੀ ਹੋਵੇਗੀ ਬਾਥਰੂਮ ਨੂੰ ਤੇ ਹੁਣ ਮੈਂ ਤੁਹਾਨੂੰ ਦੂਸਰੀ ਸਾਈਡ ਦੀ ਲੈ ਕੇ ਆਉਣਾ ਦੂਸਰੇ ਰੂਮ ਦੀ ਵਿੱਚ ਦੀ ਆਉਨੇ ਆਪਾਂ ਇਹ ਆ ਗਿਆ ਜੀ ਸੈਕੰਡਰ ਰੂਮ ਜਿਸ ਦੀ ਸਪੇਸ ਹੈਗੀ ਆ 12 ਬਾਈ 14 ਇਸ ਦੇ ਵਿੱਚ ਕਲਰ ਹੈ ਜੀ ਵਾਲਪੇਪਰ ਨਹੀਂ ਹੈ ਡ੍ਰਾਈੰਗ ਰੂਮ ਅਤੇ ਜਿਹੜਾ ਮਾਸਟਰ ਰੂਮ ਆ ਉਸ ਦੇ ਵਿੱਚ ਤੁਹਾਨੂੰ ਵਾਲਪੇਪਰ ਮਿਲੇਗਾ ਤੇ ਜਿਹੜਾ ਸੈਕੰਡਰ ਰੂਮ ਆ ਉਸ ਦੇ ਵਿੱਚ ਤੁਹਾਨੂੰ ਪੇਂਟ ਮਿਲੇਗਾ ਠੀਕ ਹੈ ਜੀ ਤੇ ਇਸ ਇਹ ਵੀ ਪ੍ਰੋਪਰ ਵੈਂਟੀਲੇਸ਼ਨ ਰੂਮ ਹੈ ਇਸ ਕਾ ਰੂਮ ਦੇ ਵਿੱਚ ਤੁਹਾਨੂੰ ਦੋ ਵਿੰਡੋ ਮਿਲ ਜਾਣਗੇ ਠੀਕ ਹੈ ਜੀ ਇੱਕ ਜਿਹੜਾ ਹੈਗਾ ਫਰੰਟ ਦੀ ਸਾਈਡ ਤੇ ਇੱਕ ਜਿਹੜਾ ਬੈਕ ਸਾਈਡ ਮਿਲ ਜਾਵੇਗਾ ਆ ਕਾਰ ਪਾਰਕਿੰਗ ਸੈੱਟ ਠੀਕ ਹੈ ਜੀ ਇਹ ਸੀਗਾ ਜੀ ਆਪਣਾ ਸੈਂਕਡ ਨੂੰ ਇਸ ਦੀ ਸਪੇਸ ਆ ਜਿਹੜੀ 14x12 ਓਕੇ ਜੀ ਇਸ ਦੇ ਨਾਲ ਜਿਹੜਾ ਹੈਗਾ ਡਰੈਸਿੰਗ ਏਰੀਆ ਇਹਨਾਂ ਨੇ ਥੋੜਾ ਇਹਨਾਂ ਨੇ ਜਿਹੜਾ ਡਰੈਸਿੰਗ ਏਰੀਆ ਵਾਸਤੇ ਜਿਹੜੀ ਜਗ੍ਹਾ ਬਣਾਈ ਹੋਈ ਆ ਤੁਸੀਂ ਇਹਨੂੰ ਡਰੈਸਿੰਗ ਏਰੀਆ ਦੇ ਵਿੱਚ ਡਵੈਲਪ ਕਰ ਸਕਦੇ ਹੋ ਵੈਸੇ ਇਹਨਾਂ ਨੇ ਜਿਹੜਾ ਆਪਣਾ ਸਮਾਨ ਕੈਰੀ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਆ ਗਿਆ ਜੀ ਬਾਥਰੂਮ ਓਕੇ ਜੀ ਇਸ ਦੀ ਸਪੇਸ ਜਿਹੜੀ 6x6 ਦੀ ਹੈ ਟਾਇਲ ਲੱਗੀ ਹੋਈ ਆ ਰੋਟ ਟਾਇਲ ਨਾਲ ਠੀਕ ਹੈ ਜੀ نیچے ਵੋਲਟ ਇਹਨਾਂ ਦੇਖ ਲਓ ਵਾਸ਼ ਰੇਸ਼ੀਅਨ ਲੱਗਾ ਹੈ ਇੰਗਲਿਸ਼ੀ ਟਾਇਲਟ ਜਿਹੜੀ ਸੀਟ ਹੈ ਉਹ ਵੀ ਤੁਹਾਨੂੰ ਇਹਦੇ ਵਿੱਚ ਲੱਗੀ ਮਿਲੇਗੀ ਇਹ ਆ ਗਿਆ ਜੀ ਸੈਂਕਡ ਰੂਮ ਇਧਰ ਦੇ ਵੀ ਤੁਸੀਂ ਜਿਹੜਾ ਬਾਥਰੂਮ ਦੇ ਵਿੱਚ ਐਂਟਰੀ ਕਰ ਸਕਦੇ ਹੋ ਤੇ ਜਿਹੜਾ ਬੈਕ ਸਾਈਡ ਏਰੀਆ ਵਾ ਉਹ ਵੈਂਟੀਲੇਸ਼ਨ ਏਰੀਆ ਰਹਿਣ ਵਾਲਾ ਜੀ ਠੀਕ ਹੈ ਜੀ ਇਹਦੀ ਸਪੇਸ ਜਿਹੜੀ ਹੈ 3 ਫੁੱਟ ਦੀ ਹੈਗੀ ਹੈ ਜੀ ਠੀਕ ਹੈ ਜੀ ਹੁਣ ਵਾਸ਼ਿੰਗ ਏਰੀਆ ਆ ਗਿਆ ਇੰਨਾਂ ਨੇ ਆਪਣੇ ਕਪੜੇ ਤੋਂ ਹੋਂ ਦਾ ਜਿਹੜਾ ਹੈਗਾ ਵਾ ਸੈਟਅਪ ਬੈਕ ਸਾਈਡ ਕੀਤਾ ਹੋਇਆ ਤੇ ਤੁਸੀਂ ਵੀ ਇਸੇ ਤਰ੍ਹਾਂ ਆਪ ਦਾ ਸੈਟਅਪ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਜੀ ਨੀਚੇ ਵਾਲਾ ਨੀਚੇ ਤੁਹਾਨੂੰ ਦੋ ਰੂਮ ਦੋ ਬੈਡਰੂਮ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਬਾਥਰੂਮ ਕਿਚਨ ਅਤੇ ਡ੍ਰੈੰਗ ਰੂਮ ਮਿਲੇਗਾ ਤੇ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਵੀ ਤੁਹਾਨੂੰ ਦੋ ਬੈਡਰੂਮ ਤੇ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਬਾਥਰੂਮ ਮਿਲਣਗੇ ਤੇ ਉਹਦੇ ਬਾਰੇ ਵੀ ਗੱਲ ਕਰਦੇ ਆਂ ਤੇ ਰੇਟ ਜਿਹੜਾ ਕੋਠੀ ਦਾ ਰਹਿਣ ਵਾਲਾ ਜੀ 45 ਲੱਖ ਰੁਪਿਆ ਮਾਲਕਾਂ ਨੇ ਕੋਠੀ ਦੀ ਡਿਮਾਂਡ ਕੀਤੀ ਹੈ ਠੀਕ ਹੈ ਜੀ ਚਾਰ ਬੱਸਵੇ ਜਗਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ 45 ਲੱਖ ਰੁਪਇਆ ਮਾਲਕਾਂ ਨੇ ਡਿਮਾਂਡ ਕੀਤੀ ਹੈ ਤੇ ਜਗਾ ਦੀ ਗੱਲ ਕਰੀਏ ਤਾਂ ਇਸ ਜਗਾ ਤੇ 4 ਲੱਖ ਤੋਂ ਪਲੱਸ ਜਿਹੜਾ ਬੱਸਵੇ ਦਾ ਰੇਟ ਚੱਲ ਰਿਹਾ ਠੀਕ ਹੈ ਜੀ ਇਹ ਆ ਗਿਆ ਜੀ ਉੱਪਰਲਾ ਏਰੀਆ ਤੇ ਨੰਬਰ ਵੀ ਮੈਂ ਤੁਹਾਨੂੰ ਦਿਆਂਗਾ ਮਾਲਕਾਂ ਦਾ ਠੀਕ ਹੈ ਜੀ ਜਿਸ ਨੰਬਰ ਤੇ ਤੁਸੀਂ ਗੱਲ ਕਰਨੀ ਆ ਉਹ ਨੰਬਰ ਵੀ ਮੈਂ ਤੁਹਾਨੂੰ ਦਿਆਂਗਾ ਤੇ ਇਹ ਆ ਗਿਆ ਜੀ ਮੇਨ ਠੀਕ ਹੈ ਜੀ ਸੇਮ ਡਿਜ਼ਾਈਨ ਹੀ ਉੱਪਰ ਇਹਨਾਂ ਨੇ ਜਿਹੜਾ ਹੈਗਾ ਨਕਸ਼ਾ ਵਾ ਉੱਪਰ ਤਿਆਰ ਕੀਤਾ ਹੋਇਆ ਠੀਕ ਹੈ ਜੀ ਸਿਰਫ ਇੱਕ ਡ੍ਰੈਂਗ ਰੂਮ ਜਿਹੜਾ ਵਾ ਉਹ ਚੇਂਜ ਹੋ ਗਿਆ ਇਹ ਇੱਥੇ ਡਾਈਨਿੰਗ ਏਰੀਆ ਆ ਗਿਆ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਡਵੈਲਪ ਕਰ ਸਕਦੇ ਹੋ ਮੈਨੇਜ ਕਰ ਸਕਦੇ ਹੋ ਤੇ ਕਿਚਨ ਆ ਗਿਆ ਜੀ ਠੀਕ ਹੈ ਜੀ ਐਲ ਸੈਲਫ ਜਿਹੜੀ ਹੈਗੀ ਆ ਸੈਲਫ ਹੈ ਉੱਪਰ ਗ੍ਰੇਨਾਇਟ ਜਿਹੜਾ ਬਲੈਕ ਪੱਥਰ ਲੱਗਾ ਹੋਇਆ ਵਿੰਡੋ ਮਿਲੇਗੀ ਤੇ ਕਿਚਨ ਹੋ ਗਿਆ ਜੀ ਤੇ ਇਹ ਆ ਗਿਆ ਜੀ ਰੂਮ ਸੇਮ ਸਪੇਸ ਇਹ ਸੇਮ ਨਕਸ਼ਾ ਠੀਕ ਹੈ ਜੀ نیچے ਵਾਲਾ ਜਿਹੜਾ ਇਹਨਾਂ ਨੇ ਉੱਪਰ ਸੇਮ ਜਿਹੜਾ ਬਣਾਇਆ ਹੋਇਆ ਇਹ ਵੀ ਜਿਹੜਾ ਹੈਗਾ ਬੈਡਰੂਮ ਹੈ ਇਹਦੀ ਸਪੇਸ ਵੀ ਤੁਸੀਂ ਦੇਖ ਸਕਦੇ ਹੋ 16x12 ਦੀ ਹੈਗੀ ਹੈ ਜੀ ਖੁੱਲਾ ਡੁੱਲਾ ਰੂਮ ਹੈ ਪਰ ਉੱਪਰ ਤੁਹਾਨੂੰ ਪੇਂਟ ਮਿਲੇਗਾ ਠੀਕ ਹੈ ਜੀ ਸਾਰੀ ਜਿਹੜੀ ਉੱਪਰ ਆ ਰੂਮਾਂ ਦੇ ਵਿੱਚ ਪੇਂਟ ਹੋਇਆ ਹੋਆ ਇਹ ਆ ਗਿਆ ਜੀ ਡਰੈਸਿੰਗ ਏਰੀਆ ਡਰੈਸਿੰਗ ਏਰੀਆ ਦੀ ਸਪੇਸ ਵੀ 6x6 ਦੀ ਹੈਗੀ ਹੈ ਨਾਲ ਆ ਗਿਆ ਟਾਇਲਟ ਬਾਥਰੂਮ ਉਹਦੀ ਸਪੇਸ ਦੀ ਗੱਲ ਕਰੀਏ ਤਾਂ 6x8 ਦਾ ਹੈ ਬਾਈ ਠੀਕ ਹੈ ਜੀ ਇੰਗਲਿਸ਼ ਸੀਟ ਵਾਸ਼ਰੇਸ਼ਨ ਲੱਗਾ ਹੋਇਆ ਜੀ ਵੋਲਟਾਈਲ ਵੀ ਲੱਗੀ ਹੋਈ ਆ ਸਾਰਾ ਪ੍ਰੋਪਰ ਜਿਹੜਾ ਵੈਂਟੀਲੇਸ਼ਨ ਜਿਹੜੀ ਕੋਠੀ ਆ ਸਾਰੀ ਉਹੀ ਹੀ ਕੋਠੀ ਵੈਂਟੀਲੇਸ਼ਨ ਆ ਠੀਕ ਹੈ ਜੀ ਉੱਪਰਲੇ ਜਿਹੜਾ ਰੂਮ ਹੈ ਸੈਕੰਡ ਰੂਮ ਆ ਉਹਦੇ ਵਿੱਚ ਵੀ ਤੁਹਾਨੂੰ ਦੋ ਵਿੰਡੋ ਮਿਲਣਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨਾਂ ਨੇ ਸੇਮ ਡਿਜ਼ਾਈਨ ਹੀ ਉੱਪਰ ਰਿਪੀਟ ਕੀਤਾ ਹੋਇਆ ਵਾ ਇਸ ਕੋਠੀ ਤੇ ਠੀਕ ਹੈ ਜੀ ਤੇ ਇਹ ਆ ਗਿਆ ਜੀ ਇਹਦਾ ਬੈਕ ਸਾਈਡ ਏਰੀਆ ਲੌਜੀ ਬੈਕ ਸਾਈਡ ਏਰੀਆ ਤੁਸੀਂ ਦੇਖ ਸਕਦੇ ਹੋ ਮੇਨ ਰੋਡ ਠੀਕ ਹੈ ਜੀ ਪਹਿਲਾਂ ਵੀ ਮੈਂ ਤੁਹਾਨੂੰ ਦਿਖਾ ਕੇ ਹਟਿਆ ਇਹ ਪੌੜਾ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਲੁਧਿਆਣੇ ਤੋਂ ਫਿਰੋਜ਼ਪੁਰ ਨੂੰ ਜਾਂਦਾ ਬਿਲਕੁਲ ਇਸ ਕੋਠੀ ਦੇ ਲਾਗੇ ਤਾਂ ਅੱਗੇ ਆ ਜੀ ਬਸ ਸੜਾ ਵੀ ਸਿਰਫ 100 ਮੀਟਰ ਦੀ ਦੂਰੀ ਤੇ ਹੀ ਆ ਆ ਮੇਨ ਰੋਡ ਤੋਂ ਆਪਾਂ ਤੁਰ ਕੇ ਜਾ ਸਕਦੇ ਹਾਂ ਅਗਰ ਤੁਸੀਂ ਬੱਸ ਚੜਨਾ ਕਿਸੇ ਸ਼ਹਿਰ ਬਾਜ਼ਾਰ ਨੂੰ ਠੀਕ ਹੈ ਜੀ ਤੇ ਜਿਹੜਾ ਬਾਜ਼ਾਰ ਆ ਉਹ ਵੀ ਆ ਪੌੜਾ ਪੱਕੇ ਬਾਜ਼ਾਰ ਸ਼ੁਰੂ ਹੋ ਜਾਂਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਸਰਕਾਰੀ ਹਸਪੀਟਲ ਆ ਉਹ ਵੀ ਬੱਸ ਸਟੈਂਡ ਦੇ ਬਿਲਕੁਲ ਲਾਗੇ ਆ ਠੀਕ ਹੈ ਜੀ ਬਾਕੀ ਹੋ ਵੀ ਕਈ ਤਰ੍ਹਾਂ ਦੀਆਂ ਮਾਰਕਟਾਂ ਆਵਾਂ ਜਿਹੜੀਆਂ ਜਿੰਨਾਂ ਆ ਆ ਰਹੀਆਂ ਆਪਾਂ ਨੂੰ ਲੋਡ ਹੁੰਦੀ ਹੈ ਉਹ ਮਾਰਕਟਾਂ ਵੀ ਤੁਹਾਨੂੰ ਇੱਥੇ ਅਵੇਲੇਬਲ ਹੋ ਜਾਣੀਆਂ ਲਾਗੇ ਤੱਕ ਤੇ ਕਿਉਂਕਿ ਸ਼ਹਿਰ ਦੇ ਵਿੱਚ ਇੱਕ ਕੋਠੀ ਹੈ ਜਗਨਾਉਂ ਸ਼ਹਿਰ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਠੀਕ ਹੈ ਜੀ ਤੇ ਰੇਟ ਜਿਹੜਾ ਮਾਲਕਾਂ ਨੇ 45 ਲੱਖ ਰੁਪਈਆ ਇਹਦਾ ਮੰਗਿਆ ਵਾ ਜੀ ਇਹ ਸੀਗੀ ਜੀ ਅੱਜ ਦੀ ਆਪਣੇ ਕੋਲੇ ਕੋਠੀ ਜਸ ਕੋਠੀ ਦੇ ਵਿੱਚ ਚਾਰ ਬੈੱਡਰੂਮ ਹੈ ਚਾਰਾਂ ਬੈੱਡਰੂਮਾਂ ਦੇ ਨਾਲ ਅਟੈਚ ਬਾਥਰੂਮ ਰਹਿਣਗੇ ਠੀਕ ਹੈ ਜੀ ਤੇ ਜਸ ਨੰਬਰ ਤੇ ਤੁਸੀਂ ਗੱਲ ਕਰਨੀ ਹੈ 9465782454 ਤੇ ਤੁਸੀਂ ਕਾਲ ਕਰ ਸਕਦੇ ਹੋ ਅਗਰ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਆਸ-ਪਾਸ ਦਾ ਤੁਸੀਂ ਵੀਊ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਵਧੀਆ ਸੋਸਾਇਟੀ ਹੈ ਇਹ ਠੀਕ ਹੈ ਜੀ ਬਹੁਤ ਹੀ ਵਧੀਆ ਸੋਸਾਇਟੀ ਦੇ ਵਿੱਚ ਇਹ ਕੋਠੀ ਹੈ ਆਸ-ਪਾਸ ਕੋਠੀਆਂ ਦੇਖ ਸਕਦੇ ਹੋ ਤੇ ਆ ਜਿਹੜਾ ਰਸਤੇ ਦੇ ਵਿੱਚ ਐਂਟਰ ਲੋਕ ਲੱਗ ਰਹੀ ਹੈ ਠੀਕ ਹੈ ਜੀ ਮੈਸਟਰੀ ਲੱਗੇ ਹੋਏ ਨੇ ਤੁਹਾਨੂੰ ਦਿਖਾ ਦਈਏ ਠੀਕ ਹੈ ਜੀ ਜਿਹੜੀ ਇਹ ਸਾਰੀ ਸੋਸਾਇਟੀ ਦੇ ਵਿੱਚ ਜਿਹੜੀ ਗੈਸ ਪਾਈਪ ਲਾਈਨ ਆ ਉਹ ਪਈ ਹੋਈ ਆ ਕੋਠੀ ਦੀ ਸਾਰੀ ਵੀਡੀਓ ਤੁਸੀਂ ਦੇਖ ਲਈ ਤੇ ਲੋਕੇਸ਼ਨ ਹੈ ਜਗਰਾਉਂ ਡਿਸਟ੍ਰਿਕਟ ਲੁਧਿਆਣਾ ਜੀ 4 ਬੀਸਵੇ ਸਾਰੀ ਜਗ੍ਹਾ ਲੁਧਿਆਣਾ ਮੇਨ ਹਾਈਬੀ ਕੋਲੀਆ ਜੀ ਇਹਦੇ ਵਿੱਚ 4 ਬੈੱਡਰੂਮ ਅਟੈਚ ਵਾਸ਼ਰੂਮ ਚ ਜੀ ਦੋ ਕਿਚਨ ਤੇ ਡ్రਾਈング ਰੂਮ ਤਿੰਨ ਕਾਰ ਪਾਰਕਿੰਗ 45 ਲੱਖ ਰੁਪਏ ਡਿਮਾਂਡ ਆ ਆ ਕੁਝ ਆਪਣੇ ਕੋਲੇ ਡਿਟੇਲ ਪਹੁੰਚੀ ਆ ਜੀ ਤੇ ਵੀਡੀਓ ਕਿ ਦਦੀ ਲੱਗੀ ਕਿਵੇਂ ਲੱਗੀ ਤੁਹਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਪਸੰਦ ਆਈ ਵਧੀਆ ਲੱਗਿਓ ਵੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਤੇ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਜਿੰਨੇ ਤੁਸੀਂ ਦੇਖ ਰਹੇ ਹੋ ਲਾਈਕ ਕਰਕੇ ਜਰੂਰ ਜਾਓ ਇਸੇ ਤਰ੍ਹਾਂ ਦੀ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਜੇ ਤੁਸੀਂ ਆਪਦੀ ਕੋਠੀ ਸੇਲ ਕਰਨਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਥੋਂ ਵੱਡੇ ਬਜ਼ੁਰਗ ਮਰੀਆ ਭੈਣਾ ਮਰੀਆ ਮਾਤਾਵਾਂ ਤਾਂ ਤੁਸੀਂ ਸੇਲ ਕਰਵਾ ਸਕਦੇ ਹੋ ਆਪਣੇ ਚੈਨਲ ਰਾਹੀਂ ਤੁਸੀਂ ਕੀ ਕਰਨਾ ਹੈ ਜਿਵੇਂ ਕਿ ਇਹਨਾਂ ਨੇ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜੇ ਮੇਨ ਗੜ ਤੋਂ ਸਟਾਰਟ ਕਰਕੇ ਸਾਰੀ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜ ਦੋ ਜਾਣਕਾਰੀ ਸਾਰੀ ਭੇਜ ਦੋ ਫੋਟੋਆਂ ਭੇਜ ਦੋ ਜੀ ਜਲਦੀ ਆਪਾਂ ਐਡ ਤੁਹਾਡੀ ਲਗਾ ਦਾਂਗੇ ਠੀਕ ਹੈ ਜੀ ਬਾਕੀ ਬਹੁਤ سپورਟ ਕਰ ਦੋ ਤੁਸੀਂ ਸਾਰੀ ਵੀਡੀਓ ਨੂੰ ਤੁਸੀਂ ਦੇਖੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਕੋਠੀ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਮੇਰੀ ਭੈਣ ਨੇ ਖਰੀਦਣੀ ਹੋਵੇ ਖਰੀਦ ਸਕਦੇ ਹਾਂ ਸੇਲ ਵਾਸਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਕੋਠੀ ਸੋਹਣੀ ਬਣੀ ਹੋਈ ਹੈ ਡਬਲ ਸਟੋਰੀ ਕੋਠੀ ਹੈ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਲਈ ਤੇ ਪਿੱਛੇ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਉਹ ਕਲਿੱਪ ਸੀਗਾ ਵੀ ਸੇਲ ਕਰਾਉਣੀ ਹੈ ਜੀ ਕੋਠੀ ਸੇਲ ਕਰਨੀ ਹੈ ਮੈਨੂੰ ਭੇਜੋ ਆ ਜਿਆਦਾ ਵਧੀਆ ਨਹੀਂ ਸੀਗੀ ਮੈਂ ਨਹੀਂ ਕਹਿੰਦਾ ਵੀ ਵਧੀਆ ਬਣਾਈ ਹੈ ਤੇ ਬੇਸੀ ਮੈਂ ਕਿਹਾ ਸੀ ਇੱਕ ਮੈਸੇਜ ਦਿੱਤਾ ਵੀ ਤੁਸੀਂ ਸੇਲ ਕਰਾਉਣ ਵਾਸਤੇ ਆਪਣੇ ਕੋਲੇ ਭੇਜ ਸਕਦੇ ਹੋ ਥੋੜਾ ਯਕੀਨ ਕਰੋ ਜਿੰਨੇ ਤੁਸੀਂ ਦੇਖ ਰਹੂ ਤੇ ਆਪਾਂ ਤੁਹਾਡੀ ਕੋਠੀ ਜਿਹੜੀ ਸੇਲ ਕਰਵਾ ਦਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਜੇ ਕਿਸੇ ਕਾਰਨ ਕਰਕੇ ਸੇਲ ਕਰਨੀ ਹੈ ਤਾਂ ਵਿਕਵਾ ਦਾਂਗੇ ਤੁਸੀਂ ਵੀਡੀਓ ਬਣਾ ਕੇ ਇੱਕ ਵਾਰੀ ਆਪਣੇ ਕੋਲੇ ਭੇਜ ਕੇ ਤਾਂ ਦੇਖੋ ਜੀ ਬਾਕੀ ਕਈ ਮੇਰੇ ਭੈਣਾ ਮੇਰੇ ਵੱਡੇ ਬਜ਼ੁਰਗ ਮਰੀਮ ਮਾਤਾ ਮਾ ਕਈ ਮੇਰੇ ਭਰਾ ਵੀ ਤੁਹਾਡਾ ਯਕੀਨ ਨਹੀਂ ਕਰਦੇ ਜੀ ਕਈ ਮੇਰੇ ਕੋਲੇ ਫੋਨ ਆਉਂਦੇ ਆ ਵੀ ਅਸੀਂ ਕੋਠੀ ਸੇਲ ਕਰਨੀ ਹੈ ਤੇ ਪੁੱਛ ਲੈਂਦੇ ਸਾਰਾ ਕੁਝ ਵੀ ਕਿੱਦਾਂ ਕੁਛ ਕਰੀਏ ਤੇ ਭੇਜਦੇ ਨਹੀਂ ਹੈਗੇ ਠੀਕ ਹੈ ਜੀ ਬਾਕੀ ਤੁਸੀਂ ਤੁਹਾਡਾ ਯਕੀਨ ਕਰਕੇ ਦੇਖੋ ਤੇ ਬਿਨਾਂ ਤੁਹਾਡੇ ਕਿਸੇ ਖਰਚੇ ਤੋਂ 1 ਰੁਪਿਆ ਲੁਬਾਈ ਤੁਹਾਡੀ ਕੋਠੀ ਆਪਾਂ ਸੇਲ ਕਰਵਾ ਦਾਂਗੇ ਠੀਕ ਹੈ ਜੀ ਬਾਕੀ ਕੋਈ ਵੀ ਗੱਲ ਕਰਨੀ ਹੋਵੇ ਆਪਣੇ ਉੱਪਰ ਜਿਹੜਾ ਨੰਬਰ ਦਿੱਤਾ ਹੋਇਆ 71 ਵਾਲਾ ਉਤੇ ਫੋਨ ਕਰ ਸਕਦੇ ਹੋ ਕਿਸੇ ਵੀ ਟਾਈਮ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਤੇ ਠੀਕ ਹੈ ਜੀ ਬਾਕੀ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਜੀ ਜਾਂਦਾ ਜਾਂਦਾ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਉਹਦੇ ਉੱਤੇ ਗਿਵ ਅਵੇ ਚੱਲ ਰਿਹਾ ਜੀ Oppo ਦੇ Airpods ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕੀ ਪ੍ਰੋਸੀਜਰ ਹੈ ਕਿਵੇਂ ਕੁਝ ਕਰਨਾ ਆਪਾਂ ਤੁਹਾਨੂੰ ਭੇਜਾਂਗੇ ਬਿਲਕੁਲ ਫ੍ਰੀ ਭੇਜਾਂਗੇ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਦੇਖੋ ਜੀ ਉਹ ਤੇ ਲਾਈਕ ਦਾ ਟਾਰਗੇਟ ਆਪਣਾ ਉਹ ਕੰਪਲੀਟ ਕਰੋ ਜਾ ਕੇ ਵੱਦ ਤੋਂ ਵੱਧ